ਬਾਰਡਰ ਬਣਿਆ ਸ਼ਤਰੰਜ ਦਾ ਮੈਦਾਨ, ਕਿਸਾਨ ਲਗਾ ਰਹੇ ਨੇ ਸ਼ਤਰੰਜ ਦੀਆਂ ਬਾਜ਼ੀਆਂ। ਦੱਸ ਦੇ ਕਿ ਜਿੱਥੇ ਇੱਕ ਪਾਸੇ ਪੰਜਾਬ ਅਤੇ ਹਰਿਆਣਾ ਦੇ ਸਰਹੱਦਾਂ ਦੇ ਉੱਤੇ ਵੱਡੀ ਮਾਤਰਾ ਦੇ ਵਿੱਚ ਕਿਸਾਨ ਮੌਜੂਦ ਨੇ, ਕਿਉਂਕਿ ਉਹਨਾਂ ਦੇ ਵੱਲੋਂ ਦਿੱਲੀ ਵੱਲ ਨੂੰ ਕੂਚ ਕਰਨਾ ਸੀ ਤਾਂ ਮੌਕੇ ਤੇ ਉੱਤੇ ਬੈਰੀਕੇਡਿੰਗ ਲਗਾਈ ਹੋਈ ਸੀ ਤਾਂ ਕਿਸਾਨ ਉੱਥੇ ਹੀ ਰੁਕ ਜਾਂਦੇ ਨੇ। ਤਾਂ ਮੌਕੇ ਤੋਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਨੌਜਵਾਨ ਅਤੇ ਬਜ਼ੁਰਗ ਆਪਸ ਦੇ ਵਿੱਚ ਮਿਲ ਕੇ ਸ਼ਤਰੰਜ ਦੀਆਂ ਬਾਜ਼ੀਆਂ ਲਗਾ ਰਹੇ ਨੇ। ਇਸ ਮੌਕੇ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਪਹਿਲਾਂ ਵੀ ਅਸੀਂ ਦਿਮਾਗ ਦੇ ਨਾਲ ਅੰਦੋਲਨ ਜਿੱਤਿਆ ਸੀ ਤੇ ਇਹ ਕਿਸਾਨ ਅੰਦੋਲਨ ਵੀ ਅਸੀਂ ਦਿਮਾਗ ਦੇ ਨਾਲ ਜਿੱਤਾਂਗੇ। ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਕੇਂਦਰ ਵੀ ਕਿਸਾਨਾਂ ਦੇ ਨਾਲ ਚਾਲਾ ਚੱਲ ਰਿਹਾ ਹੈ ਤੇ ਅਸੀਂ ਉਹਨਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਇਸਦਾ ਜਵਾਬ ਦੇਵਾਂਗੇ ਤੇ ਜ਼ਾਬਤੇ ਦੇ ਵਿੱਚ ਰਹਿ ਕੇ ਅੰਦੋਲਨ ਲੜਾਂਗੇ। ਤਾਂ ਇਹ ਖੂਬਸੂਰਤ ਤਸਵੀਰਾਂ ਦੱਸਦੀ ਹੈ ਕਿ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਬਜ਼ੁਰਗ ਅਤੇ ਨੌਜਵਾਨ ਇਕੱਠੇ ਮਿਲ ਕੇ ਸ਼ਤਰੰਜ ਦੀਆਂ ਬਾਜ਼ੀਆਂ ਖੇਡਦੇ ਹੋਏ ਨਜ਼ਰ ਆ ਰਹੇ ਨੇ। ਤਾਂ ਵੱਡੀ ਮਾਤਰਾ ਦੇ ਵਿੱਚ ਇੱਥੇ ਕਿਸਾਨ ਮੌਜੂਦ ਨੇ, ਦਿੱਲੀ ਵੱਲ ਨੂੰ ਕੂਚ ਕਰਨਾ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਨਾ ਖੁਸ਼ ਨਜ਼ਰ ਆ ਰਹੇ ਨੇ, ਜਿਸ ਕਰਕੇ ਉਹ ਵੱਡੀ ਮਾਤਰਾ ਦੇ ਵਿੱਚ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ। ਇੱਕ ਤਾਂ ਜੀ ਸ਼ਤਰੰਜ ਖੇਡ ਰਹੇ ਵੀ ਸਾਡਾ ਟਾਈਮ ਪਾਸ ਹੋਜੂ, ਦੂਜਾ ਇਹ ਆ ਵੀ ਉਹ ਵੀ ਸ਼ਤਰੰਜ ਖੇਡ ਰਹੇ ਆ ਸਾਡੇ ਨਾਲ ਮੋਦੀ ਸ਼ੋਦੀ ਵਰਗੇ, ਤਾਂ ਉਹਨਾਂ ਦੇ ਪਿਆਦੇ ਆਉਂਦੇ ਆ ਚੰਡੀਗੜ੍ਹ ਮੀਟਿੰਗ ਕਰਨ, ਭਗਵੰਤ ਮਾਨ ਹੁੰਦਾ ਵਿੱਚ ਮੁੱਖ ਮੰਤਰੀ ਪੰਜਾਬ, ਠੀਕ ਹੈ, ਪਿਆਦਾ ਸੀ ਉਹਨੂੰ ਵੀ ਉਹਨਾਂ ਦੇ ਕਹਾਂਗੇ, ਸੈਂਟਰ ਦੇ ਥੱਲੇ ਹੀ ਚੱਲਦਾ ਉਹ, ਸਾਡਾ ਨਹੀਂ ਬਣਿਆ। ਹੁਣ ਇਹਦੀ ਗੇਮ ਖੇਡਣ ਦਾ ਮੋਟਿਵ ਸਾਡਾ ਇਹੀ ਆ ਵੀ ਅਸੀਂ ਦਿਮਾਗ ਨਾਲ ਲੜਾਈ ਲੜਨੀ ਹੈ। ਆਰ ਪਾਰ ਦੀ ਲੜਾਈ ਤਾਂ ਕਹਿੰਦੇ ਖਤਰਨਾਕ ਹੁੰਦੀ ਹੈ, ਕੋਈ ਆਪਣੇ ਦੁਸ਼ਮਣ ਨਹੀਂ ਇਹ ਵੀ, ਜਾਂ ਅਸੀਂ ਵੀ ਇਹਨਾਂ ਦੁਸ਼ਮਣ ਨਹੀਂ, ਪਰ ਇਹ ਤਾਂ ਸਾਨੂੰ ਦੁਸ਼ਮਣ ਬਣਾ ਰਹੇ ਹੈ, ਮੋਟਾਰ ਦਾਗ ਰਹੇ ਹੈ, ਗੋਲੀਆਂ ਮਾਰ ਰਹੇ ਹੈ ਸਿੱਧੀਆਂ, 307 ਦੇ ਪਰਚੇ ਹੁੰਦੇ ਜੇ ਆਪਾਂ ਕਿਸੇ 'ਤੇ ਸਿੱਧਾ ਫਾਇਰ ਕਰ ਦਈਏ। ਅਤੇ ਸੋ ਲੱਗਦਾ ਕਿਸਾਨ ਜਿਹੜਾ ਹੈਗਾ ਚੈਸ ਦਾ ਵਧੀਆ ਪਲੇਅਰ ਹੈ, ਸੰਯਮ ਨਾਲ ਕੰਮ ਲੈ ਪਾਊਗਾ ਇਸ ਅੰਦੋਲਨ 'ਚ? ਮੈਂ ਆਖਿਆ ਫੱਟੇ ਚੱਕ ਦਾਂਗੇ ਬਈ, ਰਾਮਦਾਰੀ ਨਾਲ ਨਾ ਸ਼ਾਂਤੀ ਨਾਲ ਜਿਹੜਾ ਮੋਰਚਾ ਹੈ ਇਹ ਜਾਬਤੇ 'ਚ ਰਹਿ ਕੇ ਲੜਾਂਗੇ। ਦੇਖੋ ਜਾਬਤੇ 'ਚ ਰਹਿ ਕੇ ਅਸੀਂ ਇੱਥੇ ਕਰੀ ਜਾਂਦੇ, ਤੁਸੀਂ ਕਿੰਨੇ ਦਿਨ ਹੋ ਗਏ ਬਾਈ ਜੀ ਇੰਟਰਵਿਊਆਂ ਕਰਦਿਆਂ ਨੂੰ, ਤੁਸੀਂ ਕਿੰਨੇ ਦਿਨ ਹੋ ਗਏ ਪੱਤਰਕਾਰ ਭਾਈਚਾਰਾ ਇੱਥੇ ਫਿਰਦੇ, ਦੱਸੋ ਵੀ ਕਿਹੜਾ ਜਾਬਤਾ ਤੋੜਤਾ ਕਿਸਾਨ ਨੇ? ਕਿਸਾਨ ਹਮੇਸ਼ਾ ਜਾਬਤੇ 'ਚ ਹੈ ਯਾਰ, ਕਿਸਾਨ ਆਪਦਾ ਮਿੰਟ ਵਾਰੀ ਦਾ ਨਹੀਂ ਛੱਡਦਾ, ਉਹ ਜਾਬਤੇ 'ਚ ਹੀ ਰਹਿੰਦਾ। ਉਹਨੂੰ ਪਤਾ ਵੀ ਰਾਤ ਨੂੰ 2 ਵਜੇ ਉੱਠਣਾ ਮੈਂ ਪਾਣੀ ਲਾਉਣਾ, ਸਾਨੂੰ ਇਹ ਵੀ ਪਤਾ ਸੀ ਬਾਰਡਰ ਭੰਨਣੇ ਕਿਵੇਂ ਆ, ਸਾਨੂੰ ਆਉਂਦਾ ਸਭ ਕੁਛ ਆ, ਪਰ ਜਾਬਤੇ 'ਚ ਰਹਿ ਕੇ ਕਰਾਂਗੇ। ਸੰਯਮ ਨਾਲ ਜਿੱਤਣੀ ਹੈ ਲੜਾਈ ਇਹ? ਮੈਂ ਕਿਹਾ ਬਿਲਕੁਲ ਪਿਆਰ ਨਾਲ, ਸੀਐਮ ਨਾਲ, ਕੋਈ ਹੁੱਲੜਬਾਜ਼ੀ ਨਹੀਂ, ਹਰਿਆਣਾ ਸਾਡੇ ਨਾਲ ਹੈ ਜੀ, ਸਾਰਾ ਹਿੰਦੁਸਤਾਨ ਹੀ ਸਾਡੇ ਨਾਲ ਹੈ, ਇਕੱਲਾ ਮੋਦੀ ਨਹੀਂ। ਠੀਕ ਹੈ, ਕਿੰਨੇ ਕੁ ਪਿਆਦੇ ਭੜਕਾਤੇ ਹੁਣ ਤੁਸੀਂ? ਹੁਣ ਚੱਲੀ ਆ ਫੇਰ ਦੁਬਾਰਾ, ਪਹਿਲਾਂ ਤਾਂ ਕਰੀ ਸਾਫ਼ ਕਰਤਾ ਹੀ ਮਾਮਲਾ। ਠੀਕ, ਬਾਰਡਰ ਬਣਿਆ ਸ਼ਤਰੰਜ ਦਾ ਮੈਦਾਨ, ਕਿਸਾਨ ਲਗਾ ਰਹੇ ਨੇ ਸ਼ਤਰੰਜ ਦੀਆਂ ਬਾਜ਼ੀਆਂ। ਤਾਂ ਦੱਸ ਦੇ ਕਿ ਜਿੱਥੇ ਇੱਕ ਪਾਸੇ ਪੰਜਾਬ ਅਤੇ ਹਰਿਆਣਾ ਦੇ ਸਰਹੱਦਾਂ ਦੇ ਉੱਤੇ ਵੱਡੀ ਮਾਤਰਾ ਦੇ ਵਿੱਚ ਕਿਸਾਨ ਮੌਜੂਦ ਨੇ, ਕਿਉਂਕਿ ਉਹਨਾਂ ਦੇ ਵੱਲੋਂ ਦਿੱਲੀ ਵੱਲ ਨੂੰ ਕੂਚ ਕਰਨਾ ਸੀ ਤਾਂ ਮੌਕੇ ਤੇ ਉੱਤੇ ਬੈਰੀਕੇਡਿੰਗ ਲਗਾਈ ਹੋਈ ਸੀ ਤਾਂ ਕਿਸਾਨ ਉੱਥੇ ਹੀ ਰੁਕ ਜਾਂਦੇ ਨੇ। ਤਾਂ ਮੌਕੇ ਤੋਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਨੌਜਵਾਨ ਅਤੇ ਬਜ਼ੁਰਗ ਆਪਸ ਦੇ ਵਿੱਚ ਮਿਲ ਕੇ ਸ਼ਤਰੰਜ ਦੀਆਂ ਬਾਜ਼ੀਆਂ ਲਗਾ ਰਹੇ ਨੇ। ਇਸ ਮੌਕੇ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਪਹਿਲਾਂ ਵੀ ਅਸੀਂ ਦਿਮਾਗ ਦੇ ਨਾਲ ਅੰਦੋਲਨ ਜਿੱਤਿਆ ਸੀ ਤੇ ਇਹ ਕਿਸਾਨ ਅੰਦੋਲਨ ਵੀ ਅਸੀਂ ਦਿਮਾਗ ਦੇ ਨਾਲ ਜਿੱਤਾਂਗੇ। ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਕੇਂਦਰ ਵੀ ਕਿਸਾਨਾਂ ਦੇ ਨਾਲ ਚਾਲਾ ਚੱਲ ਰਿਹਾ ਹੈ ਤੇ ਅਸੀਂ ਉਹਨਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਇਸਦਾ ਜਵਾਬ ਦੇਵਾਂਗੇ ਤੇ ਜ਼ਾਬਤੇ ਦੇ ਵਿੱਚ ਰਹਿ ਕੇ ਅੰਦੋਲਨ ਲੜਾਂਗੇ। ਤਾਂ ਇਹ ਖੂਬਸੂਰਤ ਤਸਵੀਰਾਂ ਦੱਸਦੀ ਹੈ ਕਿ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਬਜ਼ੁਰਗ ਅਤੇ ਨੌਜਵਾਨ ਇਕੱਠੇ ਮਿਲ ਕੇ ਸ਼ਤਰੰਜ ਦੀਆਂ ਬਾਜ਼ੀਆਂ ਖੇਡਦੇ ਹੋਏ ਨਜ਼ਰ ਆ ਰਹੇ ਨੇ। ਤਾਂ ਵੱਡੀ ਮਾਤਰਾ ਦੇ ਵਿੱਚ ਇੱਥੇ ਕਿਸਾਨ ਮੌਜੂਦ ਨੇ, ਦਿੱਲੀ ਵੱਲ ਨੂੰ ਕੂਚ ਕਰਨਾ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ
ਨਾ ਕੁਛ ਨਜ਼ਰ ਆ ਰਹੇ ਨੇ, ਜਿਸ ਕਰਕੇ ਉਹ ਵੱਡੀ ਮਾਤਰਾ ਦੇ ਵਿੱਚ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ। ਇੱਕ ਤਾਂ ਜੀ ਸ਼ਤਰੰਜ ਖੇਡਣੇ ਵੀ ਸਾਡਾ ਟਾਈਮ ਪਾਸ ਹੋਜੂ, ਦੂਜਾ ਇਹ ਆ ਵੀ ਉਹ ਵੀ ਸ਼ਤਰੰਜ ਖੇਡ ਰਹੇ ਆ ਸਾਡੇ ਨਾਲ ਮੋਦੀ ਸ਼ੋਦੀ ਵਰਗੇ, ਤਾਂ ਉਹਨਾਂ ਦੇ ਪਿਆਦੇ ਆਉਂਦੇ ਆ ਚੰਡੀਗੜ੍ਹ ਮੀਟਿੰਗ ਕਰਨ, ਭਗਵੰਤ ਮਾਨ ਹੁੰਦਾ ਵਿੱਚ ਮੁੱਖ ਮੰਤਰੀ ਪੰਜਾਬ, ਠੀਕ ਹੈ, ਪਿਆਦਾ ਸੀ ਉਹਨੂੰ ਵੀ ਉਹਨਾਂ ਦੇ ਕਹਾਂਗੇ, ਸੈਂਟਰ ਦੇ ਥੱਲੇ ਹੀ ਚੱਲਦਾ ਉਹ, ਸਾਡਾ ਨਹੀਂ ਬਣਿਆ। ਹੁਣ ਇਹਦੀ ਗੇਮ ਖੇਡਣ ਦਾ ਮੋਟਿਵ ਸਾਡਾ ਇਹੀ ਆ ਵੀ ਅਸੀਂ ਦਿਮਾਗ ਨਾਲ ਲੜਾਈ ਲੜਨੀ ਹੈ, ਆਰ ਪਾਰ ਦੀ ਲੜਾਈ ਤਾਂ ਕਹਿੰਦੇ ਖਤਰਨਾਕ ਹੁੰਦੀ ਹੈ, ਕੋਈ ਆਪਣੇ ਦੁਸ਼ਮਣ ਨਹੀਂ ਇਹ ਵੀ, ਜਾਂ ਅਸੀਂ ਵੀ ਇਹਨਾਂ ਦੁਸ਼ਮਣ ਨਹੀਂ, ਪਰ ਇਹ ਤਾਂ ਸਾਨੂੰ ਦੁਸ਼ਮਣ ਬਣਾ ਰਹੇ ਹੈ, ਮੋਟਾਰ ਦਾਗ ਰਹੇ ਹੈ, ਗੋਲੀਆਂ ਮਾਰ ਰਹੇ ਹੈ ਸਿੱਧੀਆਂ, 307 ਦੇ ਪਰਚੇ ਹੁੰਦੇ ਜੇ ਕਿਸੇ 'ਤੇ ਸਿੱਧਾ ਫਾਇਰ ਕਰ ਦੇਈਏ ਜੀ, ਅਤੇ ਲੱਗਦਾ ਕਿਸਾਨ ਜਿਹੜਾ ਹੈਗਾ ਚੈਸ ਦਾ ਵਧੀਆ ਪਲੇਅਰ ਹੈ, ਸੰਯਮ ਨਾਲ ਕੰਮ ਲੈ ਪਾਊਗਾ ਇਸ ਅੰਦੋਲਨ 'ਚ? ਮੈਂ ਆਖਿਆ ਫੱਟੇ ਚੱਕ ਦਾਂਗੇ ਬਈ, ਰਾਮਦਾਰੀ ਨਾਲ ਨਾ ਸ਼ਾਂਤੀ ਨਾਲ ਜਿਹੜਾ ਮੋਰਚਾ ਹੈ ਇਹ ਜਾਬਤੇ 'ਚ ਰਹਿ ਕੇ ਲੜਾਂਗੇ। ਦੇਖੋ ਜਾਬਤੇ 'ਚ ਰਹਿ ਕੇ ਅਸੀਂ ਇੱਥੇ ਕਰੀ ਜਾਂਦੇ, ਤੁਸੀਂ ਕਿੰਨੇ ਦਿਨ ਹੋ ਗਏ ਬਾਈ ਜੀ ਇੰਟਰਵਿਊ ਕਰਦਿਆਂ ਨੂੰ, ਤੁਸੀਂ ਕਿੰਨੇ ਦਿਨ ਹੋ ਗਏ ਪੱਤਰਕਾਰ ਭਾਈਚਾਰਾ ਇੱਥੇ ਫਿਰਦੇ, ਦੱਸੋ ਵੀ ਕਿਹੜਾ ਜਾਬਤਾ ਤੋੜਤਾ ਕਿਸਾਨ ਨੇ? ਕਿਸਾਨ ਹਮੇਸ਼ਾ ਜਾਬਤੇ 'ਚ ਹੈ ਯਾਰ, ਕਿਸਾਨ ਆਪਦਾ ਮਿੰਟ ਵਾਰੀ ਦਾ ਨਹੀਂ ਛੱਡਦਾ, ਉਹ ਜਾਬਤੇ 'ਚ ਰਹਿੰਦਾ, ਉਹਨੂੰ ਪਤਾ ਵੀ ਰਾਤ ਨੂੰ 2 ਵਜੇ ਉੱਠਣਾ ਮੈਂ ਪਾਣੀ ਲਾਉਣਾ ਜੀ, ਸਾਨੂੰ ਇਹ ਵੀ ਪਤਾ ਸੀ ਵਾਟਰ ਭੰਨਣੇ ਕਿਵੇਂ, ਸਾਨੂੰ ਆਉਂਦਾ ਸਭ ਕੁਛ ਆ, ਪਰ ਜਾਬਤੇ 'ਚ ਰਹਿ ਕੇ ਕਰਾਂਗੇ। ਸੰਯਮ ਨਾਲ ਜਿੱਤਣੀ ਹੈ ਲੜਾਈ ਇਹ? ਮੈਂ ਆਖਿਆ ਬਿਲਕੁਲ ਪਿਆਰ ਨਾਲ, ਸੀਐਮ ਨਾਲ ਕੋਈ ਹੁੱਲੜਬਾਜ਼ੀ ਨਹੀਂ, ਹਰਿਆਣਾ ਸਾਡੇ ਨਾਲ ਹੈ ਜੀ, ਸਾਰਾ ਹਿੰਦੁਸਤਾਨ ਹੀ ਸਾਡੇ ਨਾਲ ਆ, ਇਕੱਲਾ ਮੋਦੀ ਨਹੀਂ। ਠੀਕ ਹੈ, ਕਿੰਨੇ ਕੁ ਪਿਆਦੇ ਭੜਕਾਤੇ ਹੁਣ ਤੁਸੀਂ? ਹੁਣ ਚੱਲੀ ਆ ਫੇਰ ਦੁਬਾਰਾ, ਪਹਿਲਾਂ ਤਾਂ ਕਰੀ ਸਾਫ਼ ਕਰਤਾ ਮਾਮਲਾ। ਠੀਕ।